ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਪੰਜਾਬ ਦੇ ਇਹਨਾਂ ਪਿੰਡਾਂ ਤੋਂ ਆਈ ਬੁਰੀ ਖਬਰ ਚਿੰਤਾ ਚੂ ਪਏ ਲੋਕ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਚ ਕੋਰੋਨਾ ਵਾਇਰਸ ਦੇ ਪਿੰਡੂ ਖੇਤਰ ਚ ਫੈਲਣ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ 2 ਦੇ ਤਹਿਤ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਟੀਮਾਂ ਹਰੇਕ ਪਿੰਡ ਵਿੱਚ ਕਰੋਨਾ ਦੇ ਟੈਸਟ ਕਰਨਗੀਆਂ ਪਰ ਇਹ ਟੀਮਾਂ ਕਿਸੇ ਵਿਲੇਜ ਪਿੰਡ ਵਿੱਚ ਜਾਣ ਦੀਆਂ ਇਸ ਦਾ ਇੰਤਜ਼ਾਰ ਸਰਹੱਦੀ ਪਿੰਡਾਂ ਦੇ ਲੋਕ ਕਰ ਰਹੇ ਹਨ ਪੰਜਾਬ ਸਰਕਾਰ ਨੇ ਇਨ੍ਹਾਂ ਪਿੰਡਾਂ ਨੂੰ ਸਿਰਫ ਆਸ਼ਾ ਵਰਕਰਾਂ ਦੇ ਸਹਾਰੇ ਛੱਡਿਆ ਹੋਇਆ ਹੈ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਪਿੰਡੂ ਖੇਤਰਾਂ ਚ ਫੈਲਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤੇ 2 ਦੇ ਤਹਿਤ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਟੀਮਾਂ ਹਰੇਕ ਪਿੰਡ ਵਿੱਚ ਕਰੋਨਾ ਦੇ ਟੈਸਟ ਕਰਨਗੀਆਂ ਪਰ ਇਹ ਟੀਮਾਂ ਕਿਸੇ ਵੇਲੇ ਕਿਸੇ ਪਿੰਡ ਜਾਣਗੀਆਂ ਇਸ ਦਾ ਲੋਕ ਹਾਲੇ ਇੰਤਜ਼ਾਰੀ ਕਰ ਰਹੇ ਨੇ ਪਾਕਿਸਤਾਨ ਦੇ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੁਸ਼ਹਰਾ ਢਾਲਾ ਦੀ 2000 ਦੀ ਕਰੀਬ ਆਬਾਦੀ ਆ ਸਿਹਤ ਸਹੂਲਤਾਂ ਦੇਨ ਦੇ ਨਾਂ ਤੇ ਸਿਹਤ ਵਿਭਾਗ ਦੇ ਵੱਲੋਂ ਇੱਥੇ ਵੀ ਸਬ ਕੇਂਦਰ ਸਥਾਪਿਤ ਕੀਤਾ ਹੋਇਆ ਜੋ ਪੰਜ ਪਿੰਡਾਂ ਦੇ ਕਰੀਬ 6150 ਲੋਕਾਂ ਦੀ ਆਬਾਦੀ ਨੂੰ ਕਵਰ ਕਰ ਰਿਹਾ ਹੈ ਤੇ ਸਰਕਾਰ ਵੱਲੋਂ ਇੱਕ ਹੈਲਥ ਵਰਕਰ ਦੇ ਨਾਲ ਇੱਕ ਐਨਮ ਨੂੰ ਤਾਇਨਾਤ ਕੀਤੇ ਹਨ ਜੋ ਮੌਜੂਦਾ ਸਮੇਂ ਤੇ ਕਰੋਨਾ ਦੀ ਟੈਸਟਿੰਗ ਅਤੇ ਵੈਕਸੀਨੇਸ਼ਨ ਦਾ ਜਿੰਮਾ ਸੰਭਾਲਦੇ ਹਨ ਜਦਕਿ ਇਸ ਤੋਂ ਇਲਾਵਾ ਪੰਜ ਪਿੰਡਾਂ ਨੂੰ ਓਪੀਡੀ ਰੂਟੀਨ ਟੀਕਾ ਕਰਨਾ ਜਨਮ ਮਰਨ ਦਾ ਰਿਕਾਰਡ ਆਦ ਵੀ ਇਹਨਾਂ ਦੇ ਮੋਢਿਆਂ ਤੇ ਹੈ ਤੇ ਦੂਜੇ ਪਾਸੇ ਪਿੰਡ ਵਾਸੀਆਂ ਨੇ ਸੇਤ ਸਹੂਲਤਾਂ ਨਾ ਆਪੜਨ ਦੀ ਦੁਖਾਈ ਦਿੰਦਿਆਂ ਕਿਹਾ ਕਿ ਬਿਲਕੁਲ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਦੂਰ ਦੀ ਗੱਲ ਲੋਕ ਪ੍ਰਮਾਤਮਾ ਦੇ ਸਹਾਰੇ ਹੀ ਬਚੇ ਫਿਰਦੇ ਹਨ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਹਾਲੇ ਤੱਕ ਕੋਈ ਵੀ ਟੈਸਟਿੰਗ ਕਰਨ ਨਹੀਂ ਪਹੁੰਚਿਆ ਉਹਨਾਂ ਨੂੰ ਕੋਈ ਉਮੀਦ ਨਹੀਂ ਵੈਸੇ ਵੀ ਕਿਸੇ ਨੂੰ ਮੈਡੀਕਲ ਸੇਵਾਵਾਂ ਦੀ ਲੋੜ ਪੈਂਦੀ ਆ ਤਾਂ ਅੰਮ੍ਰਿਤਸਰ ਜੋ 50 ਕਿਲੋਮੀਟਰ ਹੈ ਜਾਂ ਤਰਨਤਾਰਨ ਜੋ 40 ਕਿਲੋਮੀਟਰ ਦੂਰ ਹੈ ਤੇ ਪਿੰਡ ਨੂੰ ਜੋੜਨ ਵਾਲੀ ਇੱਕੋ ਮਾਤਰ ਸੜਕ ਤੇ ਬਣਿਆ ਪੁਲ ਸਰਕਾਰੀ ਹਾਲਾਤ ਬਿਆਨ ਕਰਦਾ ਏ